ਪਿਛਲੇ ਸਮੇਂ ਦੀਆਂ ਸਰਕਾਰਾਂ ਸੀ ਤਾਂ ਲੋਕਾਂ ਵੱਲੋਂ ਇਹ ਸ਼ਿਕਾਇਤ ਸੀ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਅੰਦਰ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਨਹੀਂ ਹੁੰਦੇ ਤਾਂ 2022 ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਵੇਂ ਹੀ ਆਈ ਤਾਂ ਸਟੇਜਾਂ ਤੋਂ ਲੀਡਰਾਂ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਉਹਨਾਂ ਦੀ ਸਰਕਾਰ ਵੇਲੇ ਹੁਣ ਹਰ ਦਫ਼ਤਰ ਅੰਦਰ ਅਫਸਰ ਅਤੇ ਕਰਮਚਾਰੀ ਸਮੇਂ ਸਿਰ ਹਾਜ਼ਰ ਹੁੰਦੇ ਨੇ। ਆਮ ਆਦਮੀ ਪਾਰਟੀ ਦੇ ਇਹਨਾਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਡੀਸੀ ਦਫ਼ਤਰ ਅੰਦਰ ਵੇਖਿਆ ਤਾਂ ਵੱਡੇ ਕਰਮਚਾਰੀ ਸਮੇਂ ਉੱਤੇ ਡਿਊਟੀ 'ਤੇ ਹਾਜ਼ਰ ਨਹੀਂ ਸਨ। ਦੱਸ ਦਈਏ ਕਿ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ, SDM, ਤਹਿਸੀਲਦਾਰ, ਕਾਨੂੰਨਗੋ ਅਤੇ ਹੋਰ ਕਈ ਅਧਿਕਾਰੀ ਸਮੇਂ ਸਿਰ ਹਾਜ਼ਰ ਨਹੀਂ ਹੁੰਦੇ ਅਤੇ ਲੋਕਾਂ ਦੀ ਪਰੇਸ਼ਾਨੀ ਪਹਿਲੀਆਂ ਸਰਕਾਰਾਂ ਵਾਂਗ ਹੀ ਬਰਕਰਾਰ ਹੈ। ਦੱਸ ਦਈਏ ਕਿ ਦਫ਼ਤਰ ਅੰਦਰ ਅਧਿਕਾਰੀ ਅਤੇ ਕਰਮਚਾਰੀ ਦੀ ਉਡੀਕ 9:30 ਤੱਕ ਕੀਤੀ ਗਈ ਪਰ ਕੋਈ ਵੀ ਅਧਿਕਾਰੀ ਆਪਣੇ ਦਫ਼ਤਰ ਸਮੇਂ ਉੱਤੇ ਨਹੀਂ ਪਹੁੰਚਿਆ। ਹੈਰਾਨੀ ਵਾਲੀ ਗੱਲ ਤਾਂ ਇਹ ਕਿ ਲੱਖਾਂ ਰੁਪਏ ਤਨਖਾਹ ਲੈਣ ਵਾਲੇ ਵੱਡੇ ਅਧਿਕਾਰੀ ਆਪਣੇ ਸਮੇਂ ਦੇ ਪਾਬੰਦ ਨਹੀਂ ਹੋਣਗੇ ਤਾਂ ਹੇਠਲੇ ਪੱਧਰ ਦੇ ਕਰਮਚਾਰੀ ਆਪਣੇ ਸਮੇਂ ਉੱਤੇ ਕਿਵੇਂ ਆਉਣਗੇ। ਇਸ ਸੰਬੰਧੀ ਜਦੋਂ ਫਾਜ਼ਿਲਕਾ ਦੇ DC ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣੇ ਸਟਾਫ ਦੀਆਂ ਤਾਰੀਫਾਂ ਦੇ ਪੁੱਲ ਬੰਨਣੇ ਸ਼ੁਰੂ ਕਰ ਦਿੱਤੇ। ਦੇਖੋ ਜੀ, ਆਪਣੇ ਬਿਲਕੁਲ ਦਫ਼ਤਰੀ ਸਮਾਂ ਜਿਹੜਾ 9 ਤੋਂ 5 ਵਜੇ ਤੱਕ ਦਾ ਹੁੰਦਾ ਹੈਗਾ, ਪਰ ਸਾਡੇ ਜਿੰਨੇ ਵੀ ਆਫਿਸਰਸ ਨੇ ਜਾਂ ਸਟਾਫ ਨੇ ਉਹਨਾਂ ਨੂੰ ਮੇਰੇ ਵੱਲੋਂ ਸਪਸ਼ਟ ਹਦਾਇਤ ਐਂਡ ਸਰਕਾਰ ਵੱਲੋਂ ਵੀ ਇਹਦੇ ਨਿਰਦੇਸ਼ ਹੈ ਕਿ ਟਾਈਮ 'ਤੇ ਦਫ਼ਤਰ ਆਉਣਾ ਐਂਡ ਜਿੰਨੀ ਦੇਰ ਤੱਕ ਪਬਲਿਕ ਖੜ੍ਹੀ ਹੈ, ਜਿੰਨੀ ਦੇਰ ਤੱਕ ਕੰਮ ਕੰਪਲੀਟ ਨਹੀਂ ਹੁੰਦਾ, ਉਨੀ ਦੇਰ ਤੱਕ ਤੁਸੀਂ ਦਫ਼ਤਰਾਂ ਦੇ ਵਿੱਚ ਬਹਿਣਾ ਹੈਗਾ ਅਤੇ ਉਹਨਾਂ ਨੇ ਗੱਲ ਸੁਣਨੀ ਹੈ। ਸੋ ਉਹਦੇ ਵਿੱਚ ਜੇ ਤੁਸੀਂ ਕਹਿ ਰਹੇ ਹੋ ਕਿ 9 ਵਜੇ ਐਗਜੈਕਟਲੀ ਕੋਈ ਮੌਜੂਦ ਨਹੀਂ ਸੀਗਾ ਤਾਂ ਸ਼ੁਰੂ ਦੇ ਜਿਹੜੇ 10-15 ਮਿੰਟ ਹੁੰਦੇ ਹੈਗੇ ਉਹਦੇ ਵਿੱਚ ਕੋਈ ਗੱਲ ਨਹੀਂ, ਅਸੀਂ ਵੀ ਇੰਨਾ ਰਿਲੈਕਸ ਕਰਦੇ ਹਾਂ ਕਿ 9 ਦਾ ਬੰਦਾ 9:15 ਤੱਕ ਆ ਜਾਵੇ। ਬਟ ਨਾਲ ਹੀ ਮੈਂ ਇਹ ਵੀ ਦੇਖਿਆ, ਐਸ ਮੁਖੀ ਮੈਂ ਡਿਪਟੀ ਕਮਿਸ਼ਨਰ ਆਫਿਸ ਦਾ ਇਹ ਦੱਸ ਰਿਹਾ ਕਿ ਮੇਰਾ ਜਿਹੜੇ ਅਧਿਕਾਰੀ ਨੇ ਅਤੇ ਸਮੂਹ ਸਟਾਫ ਹੈਗਾ ਉਹਨਾਂ ਨੂੰ ਮੈਂ ਸ਼ਾਮ ਦੇ 6-7-8 ਵਜੇ ਤੱਕ ਵੀ ਕੰਮ ਕਰਦੇ ਦੇਖਿਆ ਹੈ। ਨਾ ਸਿਰਫ ਇਹ ਬਲਕਿ ਸੋਮ ਤੋਂ ਸ਼ੁੱਕਰ ਤੋਂ ਇਲਾਵਾ ਵੀ ਜਦੋਂ ਵੀ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਸਾਡਾ ਸਟਾਫ ਅਤੇ ਅਧਿਕਾਰੀ ਛੁੱਟੀ ਵਾਲੇ ਦਿਨ ਵੀ, ਭਾਵੇਂ ਉਹ ਸ਼ਨੀਵਾਰ ਜਾਂ ਐਤਵਾਰ ਦੀ ਛੁੱਟੀ ਹੈ, ਭਾਵੇਂ ਉਹ ਕੋਈ ਸਾਡੀ ਗੈਸਟਿਡ ਹੋਲੀਡੇ ਹੈ, ਉਦੋਂ ਵੀ ਇਹ ਕੰਮ ਕਰਦੇ ਨੇ। ਸੋ ਕਈ ਵਾਰੀ ਹੋ ਸਕਦਾ ਹੈਗਾ ਕਿ ਬਈ ਟ੍ਰੈਫਿਕ ਕਰਕੇ ਜਾਂ ਕੋਈ ਨਿੱਜੀ ਸਮੱਸਿਆ ਕਰਕੇ ਪੂਰੇ 9 ਵਜੇ ਸ਼ਾਇਦ ਨਾ ਆਉਂਦੇ ਹੋਣ, ਪਰ ਮੁਖੀ ਬਤੌਰ ਮੁਖੀ ਉਹ ਮੋਸਟਲੀ ਮੇਰੀ ਨੌਲੇਜ 'ਚ ਹੁੰਦੇ ਨੇ ਕਿ ਬਈ ਮੈਨੂੰ ਪੁੱਛ ਕੇ ਜਾਂ ਕਿਸੇ ਸਮਰੱਥ ਅਧਿਕਾਰੀ ਤੋਂ ਪੁੱਛ ਕੇ ਜੇ ਕੋਈ ਲੇਟ ਹੁੰਦਾ ਸਾਨੂੰ ਜ਼ਰੂਰ ਦੱਸਿਆ ਜਾਂਦਾ। ਅਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਦੇ ਹਾਂ ਕਿ ਕੋਈ ਸਾਡਾ ਅਧਿਕਾਰੀ ਜਾਂ ਕਰਮਚਾਰੀ ਰੂਟੀਨ ਦੇ ਵਿੱਚ ਜੇ ਉਹ ਹਾਜ਼ਰ ਨਹੀਂ ਹੋ ਰਿਹਾ ਸਮੇਂ 'ਤੇ ਜਾਂ ਉਹਦੀ ਕੋਈ ਸਾਨੂੰ ਕੰਪਲੇਂਟ ਆ ਰਹੀ ਹੈ ਜਾਂ ਪਬਲਿਕ ਇਹ ਕਹਿ ਰਹੀ ਹੈ ਕਿ ਇਹ ਸੀਟ 'ਤੇ ਨਹੀਂ ਹੈ, ਅਸੀਂ ਜ਼ਰੂਰ ਉਸ 'ਤੇ ਜਿਹੜਾ ਅਸੀਂ ਐਕਸ਼ਨ ਲੈਂਦੇ ਹਾਂ। ਪਰ ਮੇਰੇ ਜਿੰਨੇ ਵੀ ਅਧਿਕਾਰੀ ਨੇ, ਭਾਵੇਂ ਸੁਪਰੀਡੈਂਟ ਲੈਵਲ ਦੇ ਜਾਂ GA ਸਾਹਿਬ ਨੇ, ADC ਸਾਹਿਬ ਨੇ, ਇਹ ਰੂਟੀਨ ਦੇ ਵਿੱਚ ਚੈੱਕ ਕਰਦੇ ਰਹਿੰਦੇ ਨੇ ਕਿ ਕੋਈ ਇਸ ਤਰ੍ਹਾਂ ਦਾ ਅਧਿਕਾਰੀ ਨਾ ਹੋਵੇ ਜਿਹੜਾ ਰੋਜ਼ਾਨਾ ਹੀ ਲੇਟ ਆ ਰਿਹਾ ਹੋਵੇ ਜਾਂ ਰੋਜ਼ਾਨਾ ਕੋਈ ਉਹਦਾ ਕੰਮ ਪੈਂਡਿੰਗ ਚੱਲ ਰਿਹਾ। ਸੋ ਸਾਡੀ ਪੂਰੀ ਕੋਸ਼ਿਸ਼ ਹੈ, ਜਿਵੇਂ ਤੁਸੀਂ ਕਿਹਾ ਕਿ ਸਰਕਾਰ ਨੇ ਸਾਨੂੰ ਕਿਹਾ ਹੈ ਕਿ ਪੂਰਾ ਸਮੇਂ 'ਤੇ ਹਾਜ਼ਰ ਰਹਿਣਾ ਜ਼ਰੂਰੀ ਹੈ, ਅਤੇ ਪੂਰਾ ਸਮੇਂ 'ਤੇ ਅਸੀਂ ਸਾਡੀ ਕੋਸ਼ਿਸ਼ ਰਹੂਗੀ ਕਿ ਸਾਰੇ ਅਧਿਕਾਰੀ ਕਰਮਚਾਰੀ ਸਮੇਂ 'ਤੇ ਆਉਣ, ਭਾਵੇਂ ਸਮੇਂ 'ਤੇ ਨਾ ਜਾਣ, ਉਹ ਲੇਟ ਜਾਣ ਜਾਂ ਛੁੱਟੀ ਵਾਲੇ ਦਿਨ ਜਾਂ ਵੀ ਕੰਮ ਕਰਨ, ਪਰ ਸਮੇਂ 'ਤੇ ਆਉਣ ਦੀ ਸਾਡੀ ਪੂਰੀ ਕੋਸ਼ਿਸ਼ ਹੈ। ਫਾਜ਼ਿਲਕਾ ਤੋਂ ਸੁਖਵਿੰਦਰ ਥਿੰਦ, ਜਗਬਾਣੀ TV। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।